ਰੋਜ਼ਾਨਾ ਲੋਕਨਾਥੀ ਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਜਿਹੜਾ ਬੀਤੀ ਰਾਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਤੇ ਰਾਣਾ ਸੋਢੀ ਦੇ ਵੱਲੋਂ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਡਿਨਰ ਦੇ ਉੱਪਰ, ਕਰੀਬ 58 ਜਿਹੜੇ ਵਿਧਾਇਕ ਨੇ ਉਹ ਸੱਦੇ ਗਏ ਸੀ ਤੇ 8 ਸੰਸਦ ਮੈਂਬਰ ਸੀਗੇ ਉਹ ਬੁਲਾਏ ਗਏ ਸੀ। ਉਸ ਤੋਂ ਬਾਅਦ ਕਿਸ ਤਰੀਕੇ ਦੇ ਸਮੀਕਰਨ ਬਣੇ ਨੇ ਪੰਜਾਬ ਦੀ ਸਿਆਸਤ ਦੇ ਅੰਦਰ, ਖਾਸ ਕਰਕੇ ਕਾਂਗਰਸ ਦੀ ਸਿਆਸਤ ਦੇ ਅੰਦਰ, ਉਸ ਤੇ ਵਿਸਤਾਰ ਪੂਰਵਕ ਚਰਚਾ ਕਰਾਂਗੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਅੱਜ ਹਾਈ ਕਮਾਨ ਦੇ ਨਾਲ ਪੰਜਾਬ ਕਾਂਗਰਸ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਕੌਣ ਇਹ ਮੀਟਿੰਗ ਕਰਨ ਜਾ ਰਿਹਾ ਹੈ ਉਹ ਵੀ ਤੁਹਾਨੂੰ ਦੱਸਾਂਗੇ। ਤੇ ਅੱਜ ਅਹਿਮ ਇੱਕ ਫੈਸਲਾ ਪੰਜਾਬ ਨਾਲ ਸੰਬੰਧਿਤ ਹੋਣ ਜਾ ਰਿਹਾ ਹੈ, ਨਵਜੋਤ ਸਿੰਘ ਸਿੱਧੂ ਨੇ ਜਿਸ ਦੀ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਕਾਂਗਰਸ ਦੀ ਸਮਰਥਕ ਨਵਜੋਤ ਸਿੰਘ ਸਿੱਧੂ ਧੜਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਜਿਹੜਾ ਬਾਗੋ ਬਾਗ ਹੋਣ ਦਾ ਜਾਪ ਰਿਹਾ ਹੈ। ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਨੇ, ਕਿਹੜਾ ਉਹ ਫੈਸਲਾ ਹੋਣ ਜਾ ਰਿਹਾ, ਉਸ ਪੂਰੇ ਮਾਮਲੇ ਦੇ ਉੱਪਰ ਵਿਸਥਾਰਪੂਰਵਕ ਚਰਚਾ ਕਰਾਂਗੇ। ਵਿਸਥਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਭ ਤੋਂ ਪਹਿਲਾਂ ਆਪਾਂ ਉਹੀ ਗੱਲ ਕਰੀਏ ਜਿਹੜੀ ਪਹਿਲਾਂ ਮੈਂ ਸਵਾਲ ਦੀ ਗੱਲ ਕਰ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ, ਜਿਹੜਾ ਰਾਤ ਇੱਕ ਤਰੀਕੇ ਦੇ ਨਾਲ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ, ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਵੀ ਕੀਤਾ ਗਿਆ ਸੀਗਾ ਆਪਣੇ ਘਰ ਦੇ ਅੰਦਰ, ਜਦੋਂ ਉਹ ਪ੍ਰਧਾਨ ਬਣੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਸੀ ਤਾਂ ਉਦੋਂ ਸਾਈਨ ਕਰਕੇ ਦਿੱਤੇ ਸੀ ਉਹਨਾਂ ਨੇ ਕਰੀਬ 58-60 ਵਿਧਾਇਕਾਂ ਦੀ। ਤਾਂ ਉਸ ਤੋਂ ਬਾਅਦ 34-35 ਜਿਹੜੇ ਵਿਧਾਇਕ ਸੀਗੇ ਉਹਨਾਂ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ, ਤ੍ਰਿਪਤਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਤੇ ਸੁਖਵਿੰਦਰ ਸੁੱਖ ਸਰਕਾਰੀਆ ਹੋਰਾਂ ਦੇ ਵੱਲੋਂ, ਪਰ ਉਹਨਾਂ ਦੇ ਵਿੱਚੋਂ ਤਾਂ ਕੁਝ ਵਿਧਾਇਕ ਜਿਹੜੇ ਖਿਸਕਦੇ ਦਿਖਾਈ ਦਿੱਤੇ। ਪਰ ਹੁਣ ਬੀਤੀ ਰਾਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੀਤਾ ਗਿਆ, ਕਿਵੇਂ ਦੇਖਦੇ ਹੋ ਕਿ ਇਹ ਫਾਈਨਲ ਜਿਹੜਾ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਸਕਦਾ ਕਿ ਵਾਕਈ ਹੀ ਐਂਡ ਤੱਕ ਇਹ ਹੁਣ ਵਿਧਾਇਕ ਜਿਹੜੇ ਸਾਰੇ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੱਲਣਗੇ, ਜਾਂ ਫਿਰ ਹੁਣ ਆਪਾਂ ਜਿਵੇਂ ਸਮੀਕਰਨ ਚੇਂਜ ਹੁੰਦੇ ਦੇਖਦੇ ਹਾਂ ਕਿ ਪਹਿਲਾਂ 58-60 ਉਹਦੇ ਨਾਲ ਸਿੱਧੂ ਨਾਲ ਸੀ, ਫਿਰ 34-35 ਬਾਜਵਾ ਉਹਨਾਂ ਨਾਲ ਸੀ, ਫਿਰ ਹੁਣ 58-60 ਫਿਰ ਕੈਪਟਨ ਉਹਨਾਂ ਨਾਲ ਪਹੁੰਚੇ ਫਿਰਦੇ ਆ, ਜਿਵੇਂ ਸਮੀਕਰਨ ਚੇਂਜ ਹੁੰਦੇ ਆ ਕਿ ਏਦਾਂ ਸਮੀਕਰਨ ਚੇਂਜ ਹੁੰਦੇ ਰਹਿਣਗੇ। ਸੁਖਵਿੰਦਰ ਜੀ, ਜਿਹੜੀ ਕਾਂਗਰਸ ਦੀ ਕੂਟਨੀਤੀ ਰਹੀ ਹੈ ਜਾਂ ਉਹਦਾ ਕਲਚਰ ਰਿਹਾ, ਉਹ ਰਿਹਾ ਕਿ ਇਸ ਤਰ੍ਹਾਂ ਦੀ, ਮਤਲਬ ਕਦੇ ਲੰਚ ਡਿਪਲੋਮੈਸੀ ਹੈ, ਕਦੇ ਡਿਨਰ ਦੀ ਡਿਪਲੋਮੈਸੀ ਹੈ, ਇਸ ਤਰ੍ਹਾਂ ਕੈਪਟਨ ਸਾਹਿਬ ਨੂੰ ਇਹ ਲੱਗਦਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿ ਸ਼ਾਇਦ ਇੱਦਾਂ ਜਿਹੜੇ ਨੇ ਲੋਕ ਮੇਰੇ ਨਾਲ ਆਉਣਗੇ, ਕੰਮ ਤੁਸੀਂ ਨਾ ਕਰੋ ਪੰਜਾਬ ਦੇ, ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ, ਕੋਈ ਵਾਅਦੇ ਪੂਰੇ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਇੱਦਾਂ ਹੀ ਸ਼ਕਤੀ ਪ੍ਰਦਰਸ਼ਨ ਦਿਖਾ ਦਿਉ, ਲੋਕਾਂ ਨੂੰ ਖੁਸ਼ ਕਰ ਦਿਉ, ਕਿਸੇ ਨੂੰ ਚਾਹ ਪਿਲਾ ਦਿਉ, ਕਿਸੇ ਨੂੰ ਖਾਣਾ ਖਿਲਾ ਦਿਓ, ਕਿਸੇ ਨੂੰ ਉੱਦਾਂ ਹੀ ਦਰਵਾਜ਼ੇ ਤੁਸੀਂ ਆਪਣੇ ਮਹਿਲ ਦੇ ਖੋਲ ਦਿਓ, ਵੈਸੇ ਹੀ ਮਿਲਣ ਲਈ ਚਲੇ ਜਾਓ, ਤਾਂ ਵੀ ਲੋਕ ਖੁਸ਼ ਹੋ ਜਾਣਗੇ। ਇਹ ਦੇਖੋ ਇੱਦਾਂ ਦਾ ਕਲਚਰ ਅੱਜ ਤੋਂ 4 ਸਾਲ ਪਹਿਲਾਂ, 5 ਸਾਲ ਪਹਿਲਾਂ ਚੱਲਦਾ ਸੀਗਾ, ਔਰ ਉਹ ਉਦੋਂ ਇਹ ਚੀਜ਼ਾਂ ਐਕਸੈਪਟ ਕੀਤੀਆਂ ਜਾਂਦੀਆਂ ਸੀਗੀਆਂ, ਪਰ ਅੱਜ ਦਾ ਜਿਹੜਾ ਸਮਾਂ ਹੈ ਇਹਨੂੰ ਸਮਝਣ ਦੀ ਲੋੜ ਹੈ। ਜਦੋਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ, ਜਦੋਂ ਅੱਜ ਕਿਸਾਨ ਸਾਡਾ ਸੜਕਾਂ 'ਤੇ ਹੈ, ਜਦੋਂ ਮੁਲਾਜ਼ਮ ਸਾਡਾ ਸੜਕਾਂ 'ਤੇ ਹੈ, ਜਦੋਂ 6 ਮਹੀਨੇ ਜਿਹੜੇ ਨੇ ਰਹਿ ਗਏ ਇਲੈਕਸ਼ਨਸ ਨੂੰ, ਔਰ ਅੱਜ ਸਾਡੇ ਜਿਹੜੇ ਅਧਿਆਪਕ ਸਾਹਿਬਾਨ ਨੇ ਉਹ ਆਪਾਂ ਨੂੰ ਵੀ ਪਤਾ ਹੈ ਕਿ ਨਹਿਰਾਂ 'ਚ ਛਾਲਾਂ ਮਾਰ ਰਹੇ ਨੇ, ਕੱਲ੍ਹ 3 ਅਧਿਆਪਕਾਂ ਨੇ ਨਹਿਰਾਂ 'ਚ ਛਾਲਾਂ ਮਾਰਤੀਆਂ, ਔਰ ਤੁਸੀਂ ਦੇਖੋਗੇ ਕਿ ਹਰ ਬੱਚਾ ਪੰਜਾਬ ਦਾ ਇਹ ਮਹਿਸੂਸ ਕਰ ਰਿਹਾ ਕਿ ਅਸੀਂ ਠੱਗੇ ਗਏ ਹਾਂ। ਵੱਡੇ ਵੱਡੇ ਲਾਰੇ ਲਾ ਕੇ ਕੈਪਟਨ ਸਾਹਿਬ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਸੌਹਾਂ ਖਾਧੀਆਂ, ਪਰ ਹੁਣ ਕੀ ਹੈ ਕਿ ਉਹ ਮੁਕਰਦੇ ਨਜ਼ਰ ਆਏ ਨੇ, ਔਰ ਦੂਜੇ ਪਾਸੇ ਉਹ ਕਹਿ ਕੀ ਰਹੇ ਨੇ ਕਿ ਮੈਂ ਸ਼ਕਤੀ ਪ੍ਰਦਰਸ਼ਨ ਕਰ ਰਿਹਾ, ਔਰ ਇਸ ਤਰ੍ਹਾਂ ਦੇ ਮਤਲਬ ਖਾਣੇ ਖਵਾ ਕੇ ਲੋਕਾਂ ਨੂੰ ਆਪਣੇ ਮਗਰ ਲਾ ਰਿਹਾ, ਲੀਡਰਾਂ ਨੂੰ ਆਪਣੇ ਮਗਰ ਲਾ ਰਿਹਾ, ਇਹ ਮੇਰੇ ਨਾਲ ਜਾਣਗੇ, 22 ਦੇ ਵਿੱਚ ਮੈਂ ਚਿਹਰਾ ਹੋਵਾਂਗਾ, ਅਸੀਂ ਜਿੱਤਾਂਗੇ ਦੁਬਾਰਾ ਫੇਰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਦਾਂ ਦੀ ਜਿਹੜੀ ਅੱਜ ਪੰਜਾਬ ਜਿਹੜਾ ਹੈਗਾ, ਉਹਦੀਆਂ ਜਿੰਨੀ ਦੇਰ ਤੁਸੀਂ ਸਮੱਸਿਆਵਾਂ ਨੂੰ ਹੱਲ ਨਹੀਂ ਕਰੋਗੇ, ਉਹਨਾਂ ਦੇ ਬਾਰੇ ਤੁਸੀਂ ਸੋਚੋਗੇ ਨਹੀਂ, ਉਹਨਾਂ ਕਿਸਾਨਾਂ ਦੇ ਬਾਰੇ ਨਹੀਂ ਸੋਚੋਗੇ, ਨੌਜਵਾਨਾਂ ਦੇ ਬਾਰੇ ਨਹੀਂ ਸੋਚੋਗੇ, ਲੋਕਾਂ ਦੇ ਵਿੱਚ ਜਿਹੜੀ ਇਸ ਵੇਲੇ ਭੁੱਖਮਰੀ ਫੈਲੀ ਹੋਈ ਹੈ, ਲੋਕ ਇਸ ਵੇਲੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਉਹਨਾਂ ਦੇ ਬਾਰੇ ਨਹੀਂ ਸੋਚੋਗੇ, ਤੁਸੀਂ ਆਪਣੀ ਜਿਹੜੀ ਹੈਗੀ ਹੈ ਇੱਦਾਂ ਦੀ ਡਿਨਰ ਡਿਪਲੋਮੈਸੀ ਦੇ ਰਾਹੀਂ ਇੱਦਾਂ ਦੇ ਜਿਹੜੇ ਨੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੋਗੇ, ਔਰ ਆਪਣੀ ਸ਼ਕਤੀ ਪ੍ਰਦਰਸ਼ਨ ਦਿਖਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਲਾਜ਼ਮੀ ਤੌਰ 'ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਜਿਹੜੀ ਹੈਗੀ ਹੈ ਉਹ ਜਾਏਗੀ।
ਇਹਦੇ ਨਾਲ ਕੱਲਾ ਕਾਂਗਰਸ ਦਾ ਨੁਕਸਾਨ ਨਹੀਂ ਹੋਏਗਾ ਇਹਦੇ ਨਾਲ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਜਿਹੜੀ ਰਾਜਨੀਤਿਕ ਪਾਰਟੀਆਂ ਤੋਂ ਜਿਹੜੀ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਇਹ ਇੱਕ ਵੱਡੀ ਸਮੱਸਿਆ ਹੈ ਉਹਦਾ ਕਾਰਨ ਇਹੀ ਹੈ ਜਿਹੜਾ ਆਪਾਂ ਨੂੰ ਲੱਗਦਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਲੀਡਰ ਨੂੰ ਘੇਰਿਆ ਜਾ ਰਿਹਾ ਹੈ ਔਰ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਇਹਨਾਂ ਸਵਾਲਾਂ ਪੁੱਛਣ ਦਾ ਰੀਜ਼ਨ ਕੀ ਹੋਇਆ ਇਹਨਾਂ ਸਵਾਲ ਪੁੱਛਣ ਦਾ ਕਾਰਨ ਵੱਡਾ ਇਹੀ ਬਣ ਗਿਆ ਕਿ ਇਸ ਵੇਲੇ ਜਿਵੇਂ ਆਪਾਂ ਨੂੰ ਇੱਕ ਕਹਾਵਤ ਤੁਸੀਂ ਸੁਣੀ ਹੋਏਗੀ ਕਿ ਜਿਹੜਾ ਹੈਗਾ ਰੋਮ ਸੜ ਰਿਹਾ ਸੀ ਔਰ ਨੀਰੋ ਜਿਹੜਾ ਸੀਗਾ ਉੱਥੋਂ ਦਾ ਰਾਜਾ ਉਹ ਬੰਸਰੀ ਵਜਾ ਰਿਹਾ ਸੀਗਾ ਸੋ ਉਹੀ ਗੱਲ ਪੰਜਾਬ ਨਾਲ ਹੋ ਰਹੀ ਹੈ ਕਿਵੇਂ ਸਮਝਿਆ ਜਾਵੇ ਕਿ ਜਿਹੜੇ ਇਹ ਵਿਧਾਇਕ ਕਦੇ ਸਿੱਧੂ ਵੱਲ ਤੇ ਕਦੇ ਬਾਜਵਾ ਹੋਣਾ ਵੱਲ ਤੇ ਕਿਤੇ ਕੈਪਟਨ ਅਮਰਿੰਦਰ ਹੋਣਾ ਵੱਲ ਅਸਲ ਦੇ ਵਿੱਚ ਇਹਨਾਂ ਨੂੰ ਸਮਝਿਆ ਕਿੱਧਰ ਜਾਵੇ ਅਸਲ ਦੇ ਵਿੱਚ ਇਹ ਲੋਕ ਜਿਹੜਾ ਲੀਡਰ ਲੋਕਾਂ ਦੇ ਮੁੱਦੇ ਹੱਲ ਕਰਾਉਣਾ ਚਾਹੁੰਦਾ ਹੈ ਜਾਂ ਕਰਨ ਦੀ ਗੱਲ ਕਰ ਰਿਹਾ ਹੈ ਇਹ ਉਹਦੇ ਨਾਲ ਜਾਣਾ ਚਾਹੁੰਦੇ ਨੇ ਜਾਂ ਫਿਰ ਇਹ ਚਮਚੀ ਮਾਰ ਕੇ ਸਿਰਫ ਕੁਰਸੀ ਲੈਣਾ ਚਾਹੁੰਦੇ ਨੇ ਜੇ ਭਾਈ ਕੁਰਸੀ ਸਿੱਧੂ ਦੇ ਰਿਹਾ ਸਿੱਧੂ ਵਾਲੇ ਪਾਸੇ ਪੂਛ ਮਾਰ ਕੇ ਚੱਲ ਜਾਓ ਤੇ ਜੇ ਬਾਜਵਾ ਦੇ ਰਿਹਾ ਤੇ ਬਾਜਵੇ ਵਾਲੇ ਪਾਸੇ ਪੂਛ ਮਾਰ ਕੇ ਚੱਲ ਜਾਓ ਜੇ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਕੂੰਡੇ 'ਚ ਪਾ ਕੇ ਕੁਛ ਦੇ ਦਿੰਦਾ ਹੈ ਤਾਂ ਉੱਥੇ ਜਿਹੜਾ ਤੁਸੀਂ ਚੱਲ ਜਾਓ ਤਾਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਕਿ ਇਹ ਜੇ ਵਿਧਾਇਕਾਂ ਦੀਆਂ ਤੁਸੀਂ ਜ਼ਮੀਰਾਂ ਨੂੰ ਕਿਵੇਂ ਦੇਖਦੇ ਹੋ ਇਹ ਲੋਕਾਂ ਨਾਲ ਵਫਾਦਾਰ ਨੇ ਜਾਂ ਫਿਰ ਜਿੱਧਰ ਇਹਨਾਂ ਨੂੰ ਕੁਛ ਪਾਇਆ ਗਿਆ ਪਲੇਟ ਦੇ ਵਿੱਚ ਪਾ ਕੇ ਦੇਤਾ ਕੁਰਸੀ ਜਿਹਨੇ ਦੇਤੀ ਇਹ ਉਧਰ ਜਾਣ ਸੁਖਵਿੰਦਰ ਜੀ ਤੁਸੀਂ ਪਹਿਲਾਂ ਅੰਕੜੇ ਗਣਾਏ ਸੀਗੇ ਕਿ ਪਹਿਲਾਂ ਇਹੀ ਬੰਦੇ ਇੰਨੀ ਗਿਣਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਸੀਗੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਮਾਝਾ ਬ੍ਰਿਗੇਡ ਹੈ ਖਾਸ ਤੌਰ ਤੇ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਨਾਲ ਕੁਛ ਜਿਹੜੇ ਨੇ ਉਹਨਾਂ ਤੋਂ ਘੱਟ ਵੱਧ ਗਿਣਤੀ ਹੋ ਗਈ ਫਿਰ ਦੁਬਾਰਾ ਫਿਰ ਇਹੀ ਲੋਕ ਜਿਹੜੇ ਨੇ ਕੈਪਟਨ ਸਾਹਿਬ ਦੇ ਧੜੇ 'ਚ ਚਲੇ ਗਏ ਆਉਣ ਵਾਲੇ ਦਿਨਾਂ 'ਚ ਜਿਵੇਂ ਤੁਸੀਂ ਕਹਿ ਰਹੇ ਹੋ ਔਰ ਤੁਸੀਂ ਦੇਖੋਗੇ ਕਿ ਜੇਕਰ ਇਸ਼ਾਰਾ ਮਿਲੂਗਾ ਨਵਜੋਤ ਸਿੰਘ ਸਿੱਧੂ ਨੂੰ ਕਿ ਅਸੀਂ ਭਾਈ ਤੁਹਾਡੇ ਨਾਲ ਹਾਂ ਮੰਨ ਲਓ ਕੱਲ ਨੂੰ ਹਰੀਸ਼ ਰਾਵਤ ਜੀ ਜਾ ਰਹੇ ਨੇ ਦਿੱਲੀ ਦੇ ਵਿੱਚ ਇਸ਼ਾਰਾ ਉਹਨਾਂ ਨੂੰ ਇਹ ਮਿਲ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ ਤੁਸੀਂ ਇਹ ਨਾ ਕਹੋ ਕਿ ਕੈਪਟਨ ਸਾਹਿਬ ਅੱਗੇ ਆਉਣਗੇ 22 ਦੇ ਵਿੱਚ ਅਸੀਂ ਨਵਾਂ ਚਿਹਰਾ ਜਿਹੜਾ ਹੈਗਾ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ ਜੇਕਰ ਇਹ ਇਸ਼ਾਰਾ ਮੰਨ ਲਓ ਕਿਤੇ ਨਾ ਕਿਤੇ ਮਿਲ ਜਾਂਦਾ ਹੈ ਤਾਂ ਲਾਜ਼ਮੀ ਤੌਰ ਤੇ ਇਹੀ ਬੰਦੇ ਤੁਸੀਂ ਦੇਖੋਗੇ ਨਵਜੋਤ ਸਿੰਘ ਸਿੱਧੂ ਦੇ ਪਾਲੇ ਚਲੇ ਜਾਣਗੇ ਕਹਿਣ ਦਾ ਮਤਲਬ ਇਹੀ ਹੈ ਕਿ ਸਟੈਂਡ ਜਿਹੜਾ ਹੁੰਦਾ ਨਾ ਕਿ ਇੱਕ ਤਾਂ ਹੁੰਦਾ ਕਿ ਰਾਜਨੀਤੀ ਤੁਹਾਡੀ ਮੁੱਦਿਆਂ ਤੇ ਰਾਜਨੀਤੀ ਹੁੰਦੀ ਹੈ ਇੱਕ ਰਾਜਨੀਤੀ ਹੁੰਦੀ ਹੈ ਕਿ ਰਾਜਨੀਤੀ ਜਦੋਂ ਬਿਜ਼ਨਸ ਬਣ ਜਾਂਦੀ ਹੈ ਜਦੋਂ ਵਪਾਰ ਬਣ ਜਾਂਦੀ ਹੈ ਜਦੋਂ ਉਹ ਇੱਕ ਵਿਰਾਸਤ ਤੋਂ ਬਾਅਦ ਦੂਸਰੀ ਵਿਰਾਸਤ ਦੇ ਵਿੱਚ ਚਲੀ ਜਾਂਦੀ ਹੈ ਇਸ ਤਰ੍ਹਾਂ ਦੀ ਰਾਜਨੀਤੀ ਬਣਦੀ ਹੈ ਤਾਂ ਲਾਜ਼ਮੀ ਤੌਰ ਤੇ ਇਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਸੋ ਇਸ ਕਰਕੇ ਜਦੋਂ ਅਸੀਂ ਇਹ ਸਾਰੀ ਚੀਜ਼ ਨੂੰ ਅਦਾ ਅਨਾਲਿਸਿਸ ਕਰਦੇ ਹਾਂ ਇਹਨੂੰ ਦੇਖਦੇ ਹਾਂ ਦੀ ਪੜਚੋਲ ਕਰਦੇ ਹਾਂ ਤਾਂ ਸਮਝ ਇਹੀ ਪੈਂਦੀ ਹੈ ਕਿ ਮੁੱਦਿਆਂ ਦੀ ਬਜਾਏ ਜਿਹੜੀ ਹੈਗੀ ਆ ਅਗਲੀਆਂ ਟਿਕਟਾਂ ਕਿੱਥੋਂ ਮਿਲਣੀਆਂ ਨੇ ਅਗਲੀਆਂ ਜਿਹੜੀਆਂ ਜਦੋਂ ਚੋਣਾਂ 22 ਦੀਆਂ ਆਉਣਗੀਆਂ ਤਾਂ ਉਹਦੇ ਵਿੱਚ ਸਾਨੂੰ ਟਿਕਟਾਂ ਕਿਵੇਂ ਮਿਲਣਗੀਆਂ ਕਿੱਥੋਂ ਮਿਲਣਗੀਆਂ ਕੌਣ ਦੇਏਗਾ ਉਹਦੇ ਬਾਰੇ ਹੀ ਜਿਹੜੀ ਹੈਗੀ ਆ ਰਣਨੀਤੀ ਘੜੀ ਜਾ ਰਹੀ ਹੈ ਪੰਜਾਬ ਦੇ ਮੁੱਦੇ ਇਹਦੇ ਵਿੱਚ ਰੁਲ ਰਹੇ ਨੇ ਪੰਜਾਬ ਕੁਝ ਮਿਲ ਰਿਹਾ ਉੱਧਰ ਜਾ ਰਿਹਾ ਯਾਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧੜੇ ਨੂੰ ਵੀ ਇਹ ਗੱਲ ਸੋਚਣ ਦੀ ਲੋੜ ਹੈ ਜਿਹੜਾ ਦਮ ਗਜੇ ਮਾਰ ਰਿਹਾ ਕਿ ਸਾਡੇ ਵਾਲੇ ਪਾਸੇ 58 ਵਿਧਾਇਕ ਆ ਗਏ 52 ਵਿਧਾਇਕ ਆ ਗਏ 60 ਵਿਧਾਇਕ ਆ ਗਏ 8 ਸੰਸਦ ਆ ਗਏ ਉਹ ਦਮ ਗਜੇ ਮਾਰ ਰਹੇ ਉਹਨਾਂ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਭਾਈ ਇਹੀ ਵਿਧਾਇਕ ਪਹਿਲਾਂ ਸਾਡੇ ਵੱਲ ਸੀ ਫਿਰ ਸਿੱਧੂ ਵੱਲ ਗਏ ਫਿਰ ਬਾਜਵਾ ਹੋਰਾਂ ਵੱਲ ਗਏ ਫਿਰ ਸਾਡੇ ਕੋਲੇ ਆਏ ਤੇ ਇਹੀ ਵਿਧਾਇਕ ਜਿਹੜੇ ਆ ਇਹੀ ਵਿਧਾਇਕ ਦਿੱਲੀ ਖੜਗੇ ਕਮੇਟੀ ਕੋਲੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬੋਲਦੇ ਸੀ ਤੇ ਜੇ ਕੱਲ ਨੂੰ ਫਿਰ ਸਥਿਤੀ ਚੇਂਜ ਹੁੰਦੀ ਹੈ ਤਾਂ ਫਿਰ ਭਾਜਣਾ ਤਾਂ ਫਿਰ ਨਾਲ ਦੀ ਨਾਲ ਸਵਾਲ ਲੋਕਾਂ ਦੇ ਮਨ ਦੇ ਵਿੱਚ ਵੀ ਖੜੇ ਹੋਣਗੇ ਇਹਨਾਂ ਲੀਡਰਾਂ ਨੂੰ ਲੈ ਕੇ ਕਿ ਭਾਈ ਅਸੀਂ MLA ਕਿਹੋ ਜਿਹਾ ਚੁਣਿਆ ਤੇ ਭੱਜਦਾ ਕਿਵੇਂ ਪਲੇਟ ਲੈ ਕੇ ਮਗਰ ਮਗਰ ਭੱਜਿਆ ਫਿਰਦਾ ਵੀ ਮੇਰੀ ਥਾਲੀ 'ਚ ਕੁਰਸੀ ਧਰ ਦਿਓ ਮੇਰੀ ਥਾਲੀ 'ਚ ਕੁਰਸੀ ਧਰ ਦਿਓ ਪਰ ਅਜਿਹੇ ਲੋਕਾਂ ਨੂੰ ਜਦੋਂ ਪਿੰਡਾਂ 'ਚ ਜਾਣਗੇ ਲੋਕੀ ਤਾਂ ਫਿਰ ਉਹਨਾਂ ਨੂੰ ਜਵਾਬ ਤਾਂ ਜ਼ਰੂਰ ਮੰਗਣੇ ਚਾਹੀਦੇ ਆ ਨਾ ਫਿਰ ਭਲਾ ਆਪਣੇ ਤਰੀਕੇ ਨਾਲ ਹੀ ਉਹ ਮੰਗਣ ਤੇ ਉਹਨਾਂ ਦੱਸਣਾ ਚਾਹੀਦਾ ਕਿ ਭਾਈ ਜੇ ਤੈਨੂੰ ਪਤਾ ਹੀ ਨਹੀਂ ਵੀ ਕਿਹੜਾ ਬੰਦਾ ਸਹੀ ਹੈ ਕਿਹੜਾ ਬੰਦਾ ਗਲਤ ਹੈ ਜਾਂ ਤਾਂ ਫਿਰ ਸਿੱਧੂ ਗਲਤ ਹੋਣਾ ਜਾਂ ਸਹੀ ਹੋਣਾ ਜਾਂ ਫਿਰ ਬਾਜਵਾ ਗਲਤ ਹੋਣਾ ਜਾਂ ਸਹੀ ਹੋਣਾ ਜਾਂ ਫਿਰ ਕੈਪਟਨ ਸਹੀ ਹੋਣਾ ਜਾਂ ਗਲਤ ਹੋਣਾ ਪਰ ਫੈਸਲਾ ਤਾਂ ਲਓ ਨਾ ਤੁਸੀਂ ਹੈ ਕਿਹਦੇ ਨਾਲ ਜਾਂ ਫਿਰ ਤੁਸੀਂ ਦੱਸੋ ਪੰਜਾਬ ਦੇ ਅਸੀਂ ਲੋਕਾਂ ਦੇ ਨਾਲ ਅਸੀਂ ਕਿਸੇ ਲੀਡਰ ਦੇ ਨਾਲ ਨਹੀਂ ਜਾਂ ਫਿਰ ਸਿੱਧਾ ਹੀ ਕਹਿ ਦਿਓ ਕਿ ਭਾਈ ਅਸੀਂ ਤਾਂ ਕੁਰਸੀ ਦੇ ਨਾਲ ਜਿੱਧਰ ਕੁਰਸੀ ਹੋਊਗੀ ਉਧਰ ਹੀ ਜਾਊ ਤੇ ਕੁਰਸੀ ਭਾਵੇਂ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਦੇਵੇ ਭਲਾ ਸਾਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦੇਵੇ ਤੇ ਭਲਾ ਸਾਨੂੰ ਨਵਜੋਤ ਸਿੰਘ ਸਿੱਧੂ ਦੇ ਦੇਵੇ ਸੁਖਵਿੰਦਰ ਜੀ ਦੇਖੋ ਜਿਹੜੀ ਗੱਲ ਕਹਿ ਰਹੇ ਹੋ ਕਿ ਤੁਸੀਂ ਇਹ ਪੁੱਛਣਗੇ ਮੈਂ ਕਹਿ ਰਿਹਾ ਕਿ ਲੋਕ ਇਹੀ ਸਵਾਲ ਜਿਹੜੇ ਤੁਸੀਂ ਕਹਿ ਰਹੇ ਹੋ ਪੁੱਛ ਰਹੇ ਨੇ ਇਸ ਵੇਲੇ ਤੁਸੀਂ ਜਿੰਨੇ ਵੀ ਜਦੋਂ ਵੀ ਕਾਂਗਰਸ ਦੇ ਲੀਡਰ ਤੁਸੀਂ ਦੇਖ ਲਓ ਚਾਹੇ ਇਹਨਾਂ ਤੋਂ ਜਿੰਨੇ ਵੀ ਤੁਸੀਂ ਨਾਮ ਲਓਗੇ ਜਦੋਂ ਉਹ ਪਿੰਡਾਂ 'ਚ ਜਾ ਰਹੇ ਨੇ
ਤੁਸੀਂ ਰਾਜਾ ਵੜਿੰਗ ਦੀ ਗੱਲ ਕਰ ਲਓ ਮੰਨ ਲਓ ਰਾਜਾ ਵੜਿੰਗ ਨੂੰ ਕਿਵੇਂ ਕਹਿ ਰਿਹਾ ਹੈ ਕੱਲੇ ਰਾਜਾ ਵੜਿੰਗ ਨੂੰ ਨਹੀਂ ਕਹਿ ਰਿਹਾ ਉਹਨਾਂ ਦੇ ਮਿਸਿਸ ਨੂੰ ਵੀ ਕਹਿ ਰਿਹਾ ਹਾਲਾਂਕਿ ਮੈਂ ਕਹਿਣਾ ਕਿ ਇਹ ਗਲਤ ਸੀਗਾ ਹੋਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਗੋਲਡੀ ਦੀ ਗੱਲ ਕਰ ਲਓ ਧੂਰੀ ਦੇ ਐਮਐਲਏ ਸਹਿਬਾਨ ਨੇ ਉਹਨਾਂ ਨੂੰ ਵੀ ਦੋਵਾਂ ਨੂੰ ਕਹਿ ਰਿਹਾ ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਲੋਕ ਇਸ ਵੇਲੇ ਚਤਨ ਹੋ ਚੁੱਕੇ ਨੇ ਪੰਜਾਬ ਦੇ ਜਿਹੜੇ ਲੋਕ ਨੇ ਪਿਛਲੇ ਸਾਲ ਤੋਂ ਜਦੋਂ ਤੋਂ ਕਿਸਾਨੀ ਸੰਘਰਸ਼ ਹੋਂਦ ਵਿੱਚ ਆਇਆ ਕਿਸਾਨੀ ਸੰਘਰਸ਼ ਦੀ ਲੀਡ ਲਈ ਆ ਪੰਜਾਬ ਨੇ ਤਾਂ ਪੰਜਾਬ ਦੇ ਲੋਕ ਇਸ ਵੇਲੇ ਇਹਨਾਂ ਤੋਂ ਸਵਾਲਾਂ ਦੀ ਝੜੀਆਂ ਇਹਨਾਂ ਨੂੰ ਲਾ ਰਹੇ ਨੇ ਬੀਜੇਪੀ ਨੂੰ ਤਾਂ ਤੁਸੀਂ ਜੋ ਹਾਲ ਕਰਤਾ ਉਹ ਤਾਂ ਆਪਾਂ ਦੇਖ ਹੀ ਲਿਆ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਇਹ ਲੋਕ ਜਾਣਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਕਿਉਂਕਿ ਵੋਟਾਂ ਲੈਣ ਲਈ ਤਾਂ ਤੁਹਾਨੂੰ ਜਾਣਾ ਹੀ ਪਏਗਾ ਅੱਜ ਤੁਸੀਂ ਮੰਨ ਲਿਆ ਕਿ ਸੱਤਾ 'ਚੋਂ ਔਰ ਤੁਸੀਂ ਡਿਨਰ ਡਿਪਲੋਮੈਸੀ ਕਰ ਰਹੇ ਹੋ ਕਦੇ ਲੰਚ ਡਿਪਲੋਮੈਸੀ ਕਰ ਰਹੇ ਹੋ ਪਰ ਤੁਹਾਨੂੰ ਕਦੇ ਨਾ ਕਦੇ ਤਾਂ ਲੋਕਾਂ 'ਚ ਜਾਣਾ ਹੀ ਪਏਗਾ ਔਰ ਉਦੋਂ ਜਦੋਂ ਵੱਡੇ ਸਵਾਲ ਤੁਹਾਡੇ ਤੋਂ ਪੁੱਛੇ ਜਾਣਗੇ ਤਾਂ ਤੁਹਾਨੂੰ ਜਿਹੜਾ ਹੈਗਾ ਜਵਾਬ ਦੇਣੇ ਔਖੇ ਹੋ ਜਾਣਗੇ ਤੁਸੀਂ ਦੇਖਿਆ ਹੋਏਗਾ ਕਿ ਜਿੰਨੀਆਂ ਵੀ ਹੁਣ ਵੀਡੀਓ ਵਾਇਰਲ ਹੋ ਰਹੀਆਂ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਲੋਕ ਨੇ ਚਾਹੇ ਉਹ ਬੀਜੇਪੀ ਵਾਲੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਅਕਾਲੀ ਦਲ ਦੇ ਨੇ ਉਹਨਾਂ ਨੂੰ ਜਵਾਬ ਦੇਣੇ ਔਖੇ ਹੋ ਰਹੇ ਨੇ ਸੋ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਕਿ ਇਹਦੀ ਬਜਾਏ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਉਹਨਾਂ ਦੇ ਬਾਰੇ ਮੀਟਿੰਗਾਂ ਕਰੋ ਉਹਨਾਂ ਦੇ ਬਾਰੇ ਡਿਸਕਸ ਕਰੋ ਔਰ ਲੋਕਾਂ ਨੂੰ ਵੀ ਛੱਡ ਦੇਣਾ ਚਾਹੀਦਾ ਕਿ ਇਹ ਲੋਕ ਜਿਹੜੇ ਸਾਡੇ ਮੁੱਦੇ ਚੱਕਣਗੇ ਤੇ ਉੱਥੇ ਜਿਹੜੇ ਇਹਨਾਂ ਲੀਡਰਾਂ ਦੀ ਗਿਣਤੀ ਦੇ ਸਿਰ ਦੇ ਉੱਪਰ ਦਮਕ ਜੇ ਮਾਰ ਰਹੇ ਆ ਕਿ ਸਾਡੇ ਕੋਲ ਇੰਨੇ ਵਿਧਾਇਕ ਨੇ ਸਾਡੇ ਕੋਲ ਇੰਨੇ ਵਿਧਾਇਕ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਨਾ ਇਹ ਲੋਕਾਂ ਦੇ ਨੇ ਨਾ ਇਹ ਸਾਡੇ ਨੇ ਤੇ ਅਸੀਂ ਵੀ ਕਿਹੜਾ ਕਿਸੇ ਦੇ ਹੈਗੇ ਹਾਂ ਇਹਨਾਂ ਨੂੰ ਲੀਡਰਾਂ ਨੂੰ ਆਪ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਇਹਨਾਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਕਿ ਜੇਕਰ ਇਹ ਪਹਿਲਾਂ ਉੱਧਰ ਤਾਕਤ ਜ਼ਿਆਦਾ ਸੀ ਤੇ ਉੱਧਰ ਚਲੇ ਗਏ ਤੇ ਫਿਰ ਸਾਡੇ ਵਾਲੇ ਪਾਸੇ ਵੀ ਕਿਵੇਂ ਰਹਿ ਸਕਦੇ ਆ ਜੇ ਕੱਲ ਨੂੰ ਸਾਡੇ ਕੋਲ ਵੀ ਤਾਕਤ ਨਹੀਂ ਖੁੱਲ ਸਕਦੀ ਆ ਯਾਨੀ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਸ਼ਕਤੀ ਪ੍ਰਦਰਸ਼ਨ ਜਿਹੜਾ ਕਦੇ ਵੀ ਸਥਿਰ ਨਹੀਂ ਰਹਿਣ ਵਾਲਾ ਇਹ ਸਮੀਕਰਨ ਜਿਹੜੇ ਉਹ ਚੇਂਜ ਹੁੰਦੇ ਰਹਿਣਗੇ ਅਗਲੀ ਖਬਰ ਤੇ ਆਪਾਂ ਜਿਹੜੀ ਗੱਲਬਾਤ ਕਰੀਏ ਤਾਂ ਜਿਹੜੇ ਮੰਤਰੀ ਸੀਗੇ ਤੇ ਤਿੰਨ ਵਿਧਾਇਕ ਜਿਹੜੇ ਹਰੀਸ਼ ਰਾਵਤ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਏ ਸੀ ਉਹ ਹੁਣ ਗੱਲ ਲੈ ਕੇ ਹਰੀਸ਼ ਰਾਵਤ ਜਿਹੜੇ ਆ ਉਹ ਦਿੱਲੀ ਪਹੁੰਚੇ ਨੇ ਅੱਜ ਹਰੀਸ਼ ਰਾਵਤ ਹਾਈਕਮਾਨ ਦੇ ਨਾਲ ਗੱਲਬਾਤ ਕਰਨਗੇ ਕਿਵੇਂ ਦੇਖਦੇ ਹੋ ਕਿ ਕਿਹੋ ਜਿਹੀ ਉੱਥੇ ਸਥਿਤੀ ਰਹਿਣ ਵਾਲੀ ਹੈ ਜਿਹੜੀ ਉਹ ਗੱਲਬਾਤ ਹਾਈਕਮਾਨ ਤੱਕ ਪਹੁੰਚਾਉਣਗੇ ਇਹ ਗੱਲ ਤਾਂ ਹੈ ਨਹੀਂ ਕਿ ਹਾਲੇ ਤੱਕ ਹਾਈਕਮਾਨ ਕੋਲ ਗੱਲ ਨਾ ਪਹੁੰਚੀ ਹੋਵੇ ਕਿਉਂਕਿ ਮੀਡੀਆ ਅੱਜ ਅਜਿਹਾ ਯੁੱਗ ਬਣ ਚੁੱਕਿਆ ਕਿਹੜੀ ਜਿਹੜੀ ਗੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਿਤਾ ਦਿੰਦਾ ਹੈ ਤਾਂ ਫਿਰ ਵੀ ਦਿੱਲੀ ਬੈਠੇ ਆ ਬੇਸ਼ੱਕ ਰਸਮੀ ਤੌਰ ਤੇ ਉਹਨਾਂ ਨੇ ਹਾਲੇ ਗੱਲਬਾਤ ਕਰਨੀ ਹੈ ਤਾਂ ਕੀ ਲੱਗਦਾ ਪਰ ਸਥਿਤੀ ਜਿਹੜੀ ਕਿਹੋ ਜਿਹੀ ਬਣ ਸਕਦੀ ਹੈ ਸੁਖਵਿੰਦਰ ਜੀ ਦੇਖੋ ਹਰੀਸ਼ ਰਾਵਤ ਜੀ ਹੋਰਾਂ ਦਾ ਜਿਹੜੀ ਕਾਰਜਸ਼ੈਲੀ ਰਹੀ ਹੈ ਜਾਂ ਉਹਨਾਂ ਦੀ ਜਿਹੜੀ ਨੀਤ ਔਰ ਨੀਤੀ ਰਹੀ ਹੈ ਉਹ ਹਮੇਸ਼ਾ ਹੀ ਸ਼ੱਕ ਦੇ ਘੇਰੇ 'ਚ ਰਹੀ ਹੈ ਉਹਦਾ ਵੱਡਾ ਕਾਰਨ ਇਹੀ ਹੈ ਕਿ ਤੁਸੀਂ ਕੱਲ ਵੀ ਆਪਾਂ ਇਹਦੇ ਬਾਰੇ ਗੱਲ ਕੀਤੀ ਸੀ ਕਿ ਕਿਤੇ ਨਾ ਕਿਤੇ ਉਹ ਬਾਇਸ ਨਜ਼ਰ ਆਉਂਦੇ ਨੇ ਇੱਕ ਪਾਸੜ ਨਜ਼ਰ ਆਉਂਦੇ ਨੇ ਔਰ ਕੈਪਟਨ ਸਾਹਿਬ ਦੇ ਵੱਲ ਝੁਕਦੇ ਨਜ਼ਰ ਆਉਂਦੇ ਨੇ ਇਹੀ ਗੱਲ ਜਦੋਂ ਹਾਈ ਕਮਾਂਡ ਤੱਕ ਪਹੁੰਚੇਗੀ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੇ ਇਹੀ ਗੱਲ ਕਹਿਣੀ ਹੈ ਕਿ ਕੈਪਟਨ ਸਾਹਿਬ ਬਿਲਕੁਲ ਠੀਕ ਨੇ ਔਰ ਇਹ ਜਿਹੜੇ ਨੇ ਇਹ ਲੋਕ ਨੇ ਅਨੁਸ਼ਾਸਨ ਤੋੜ ਰਹੇ ਨੇ ਇਹ ਜਿਹੜੇ ਨੇ ਇਸ ਵੇਲੇ ਮਾਹੌਲ ਖਰਾਬ ਕਰ ਰਹੇ ਨੇ ਇਹ ਪਾਰਟੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਹਿ ਸਕਦੇ ਨੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਹਾਈ ਕਮਾਂਡ ਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਤੋਂ ਸਮਝਣਾ ਚਾਹੀਦਾ ਉਹਨਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਵੇਂ ਪਹਿਲਾਂ ਵੀ ਗੱਲ ਹੋਈ ਸੀ ਜਿਵੇਂ ਰਾਹੁਲ ਜੀ ਮੰਨ ਲਓ ਅੱਗੇ ਆਏ ਸੀਗੇ ਰਾਹੁਲ ਜੀ ਨੇ ਆਪਣੇ ਤੌਰ ਤੇ ਵੱਖ ਵੱਖ ਵਿਧਾਇਕਾਂ ਦੇ ਨਾਲ ਇੰਟਰਵਿਊਜ਼ ਕੀਤੀਆਂ ਸੀਗੀਆਂ ਉੱਥੋਂ ਪਤਾ ਲਾਇਆ ਸੀਗਾ ਕਿ ਹਕੀਕਤ ਕੀ ਹੈ ਸੋ ਇਸ ਵੇਲੇ ਵੀ ਮੈਨੂੰ ਲੱਗਦਾ ਹੈ ਕਿ ਰਾਹੁਲ ਜੀ ਪ੍ਰਿੰਕਾ ਜੀ ਜਾਂ ਸੋਨੀਆ ਜੀ ਨੂੰ ਇਹ ਚਾਹੀਦਾ ਹੈ ਕਿ ਬਜਾਏ ਉਹ ਰਾਵਤ ਹੋਰਾਂ ਦੀ ਗੱਲ ਸੁਣਨ ਦੇ ਆਪਣੇ ਦਿਮਾਗ ਦੇ ਨਾਲ ਫੈਸਲਾ ਲੈਣ ਆਪਣਾ ਜੋ ਉਹਨਾਂ ਨੂੰ ਸਹੀ ਲੱਗਦਾ ਹੈ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਕੀ ਨਬਜ਼ ਹੈ ਉਸ ਨੂੰ ਪਛਾਣਨ ਦੀ ਲੋੜ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਪੁਰਾਣੇ ਲੀਡਰਾਂ ਨੂੰ ਚਾਹ ਰਹੇ ਨੇ ਜਾਂ ਨਵੇਂ ਚਿਹਰਿਆਂ ਦੀ ਮੰਗ ਕਰ ਰਹੇ ਨੇ ਉਸ ਕਰਕੇ ਉਹਦੇ ਮੁਤਾਬਕ ਹੀ ਆਪਣਾ ਫੈਸਲਾ ਲੈਣਾ ਚਾਹੀਦਾ ਨਾ ਕਿ ਹਰੀਸ਼ ਰਾਵਤ ਜੋ ਉਹਨਾਂ ਨੂੰ ਦੱਸਣਗੇ ਜੋ ਫੀਡਬੈਕ ਦੇਣਗੇ ਉਹ ਗੱਲ ਸੁਣਨੀ ਚਾਹੀਦੀ ਹੈ ਸੋ ਜਿਵੇਂ ਉਹਨਾਂ ਨੇ ਪਹਿਲਾਂ ਖੜਗੇ ਕਮੇਟੀ ਦੇ ਵੇਲੇ ਇੱਕ ਪੈਰਲਲ ਆਪਣਾ ਸਮਾਨ ਅੰਤਰ ਵੱਖਰੇ ਤੌਰ ਤੇ ਉਹਨਾਂ ਨੇ ਵੱਖ ਵੱਖ ਇੰਟਰਵਿਊਜ਼ ਕੀਤੀਆਂ ਸੀਗੀਆਂ ਉਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਵੇਲੇ ਵੀ ਹੋ ਸਕਦੀਆਂ ਨੇ ਵੱਖ ਵੱਖ ਵਿਧਾਇਕਾਂ ਦੇ ਨਾਲ ਵੱਖ ਵੱਖ ਮਿਨਿਸਟਰ ਸਾਹਿਬਾਨ ਦੇ ਨਾਲ ਉਹ ਗੱਲਬਾਤ ਕਰ ਸਕਦੇ ਨੇ ਔਰ ਕੋਈ ਫੈਸਲਾ ਤੁਹਾਨੂੰ ਲੈਣਾ ਹੀ ਪਏਗਾ ਮੈਂ ਫੇਰ ਕਹਾਂਗਾ ਕਿ ਹਾਈ ਕਮਾਂਡ ਜਿਹੜੀ ਹੈਗੀ ਹੈ ਉਹ ਉਸ ਦੀ ਤਾਕਤ ਇਹੀ ਹੁੰਦੀ ਹੈ ਕਿ ਜੇਕਰ ਉਹ ਸਹੀ ਫੈਸਲਾ ਸਹੀ ਸਮੇਂ ਤੇ ਲੈਂਦੀ ਹੈ ਜੇ ਸਹੀ ਫੈਸਲਾ ਸਹੀ ਸਮੇਂ ਤੇ ਨਹੀਂ ਲਏਗੀ ਤਾਂ ਇਹਦੇ ਨਾਲ ਹੋਏਗਾ ਕੀ ਇਹਦੇ ਨਾਲ ਪੰਜਾਬ ਦੀ ਕਾਂਗਰਸ ਨੂੰ ਵੱਡਾ ਨੁਕਸਾਨ ਹੋਏਗਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹੀ ਫੈਸਲੇ ਨਾ ਲੈਣ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਨੇ ਕਾਂਗਰਸ ਦੇ ਹੱਥੋਂ ਖਿਸਕਦੀਆਂ ਨਜ਼ਰ ਆਈਆਂ ਨੇ ਔਰ ਉਹਦਾ ਨਤੀਜਾ ਆਪਾਂ ਦੇਖ ਰਹੇ ਹਾਂ ਕਿ ਅੱਜ
फायदा उधर किनू हो रहा है आज बीजेपी नू मोदी सरकार नू दा फायदा हो रहा है इस फुट दा फायदा तुसी देखोगे कि विरोधी तेरा उठा सकदियां ने। सो मैं यही कहांगा कि पंजाब दी कांग्रेस दे कोले हजे भी समा है हजे भी अपने आप नू संभालण दा समा है जेकर हाई कमांड थोड़ा जा भी अपना दिमाग पंजाब वल लाएगी तो लाजमी तौर पर फैसला जिहड़ा हैगा यह एक वखरा फैसला वड्डा फैसला हो सकता है और नवे लोगों नू बाई दे विच अगे लिआउण दी जिहड़ी हैगी है ਉਹ ਕੋਸ਼ਿਸ਼ ਉਹਨਾਂ ਨੂੰ ਕਰਨੀ ਚਾਹੀਦੀ ਹੈ ਕਰਨੀ ਪਏਗੀ ਨਹੀਂ ਤਾਂ ਜਿੱਤੀ ਹੋਈ ਬਾਜ਼ੀ ਜਿਹੜੀ ਹੈਗੀ ਹੈ ਕਾਂਗਰਸ ਇਸ ਵੇਲੇ ਹਾਰਦੀ ਨਜ਼ਰ ਆਏਗੀ ਤੁਹਾਨੂੰ ਸੁਖਵਿੰਦਰ ਜੀ ਡਾਕਟਰ ਕਿਵੇਂ ਦੇਖਦੇ ਹੋ ਕਿ ਅੱਜ ਅਹਿਮ ਦਿਨ ਹੈ ਐਸਟੀਐਫ ਦੀ ਜਿਹੜੀ ਰਿਪੋਰਟ ਹੈ ਕਹਿੰਦੇ ਅੱਜ ਉਹ ਖੁੱਲਣੀ ਹੈ ਹਾਈ ਕੋਰਟ ਦੇ ਅੰਦਰ ਤਾਂ ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਤੇ ਖੁਸ਼ੀ ਜ਼ਾਹਰ ਕੀਤੀ ਹੈ ਨਾਲ ਹੀ ਉਹਨਾਂ ਨੇ ਭਰੋਸਾ ਜਾਂ ਆਸ ਜ਼ਾਹਿਰ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਨਸਾਫ਼ ਮਿਲੂਗਾ ਤੇ ਬਿਕਰਮ ਸਿੰਘ ਮਜੀਠੀਆ ਦਾ ਵੀ ਉਹਨਾਂ ਨੇ ਨਾਮ ਵਿੱਚ ਆਪਣੇ ਟਵੀਟ ਤੇ ਮੈਂਸ਼ਨ ਕੀਤਾ ਤੇ ਉਧਰ ਜਿਹੜਾ ਬਾਕੀ ਧੜਾ ਤੇ ਨਵਜੋਤ ਸਿੰਘ ਸਿੱਧੂ ਧੜਾ ਜਿਹੜਾ ਲੰਬੇ ਸਮੇਂ ਤੋਂ ਇਹ ਗੱਲ ਕਹਿ ਰਿਹਾ ਸੀ ਕਿ ਭਾਈ ਤੁਸੀਂ ਜਿਹੜੀ ਐਸਟੀਐਫ ਦੀ ਰਿਪੋਰਟ ਖੋਲ ਦੇ ਕੇ ਆਉਣੀ ਖੋਲ ਦੇ ਕੇ ਆਉਣੀ ਤਾਂ ਉਹ ਵੀ ਹੁਣ ਜਿਹੜਾ ਬਾਗੋ ਬਾਗ ਨਜ਼ਰ ਆ ਰਿਹਾ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ ਸੁਖਵਿੰਦਰ ਜੀ ਦੇਖੋ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹਮੇਸ਼ਾ ਹੀ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਆ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਉਠਾਈ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਭਾਈ ਜਿਹੜੀ 2-2.5 ਸਾਲ ਤੋਂ 18 ਤੋਂ ਬਾਅਦ ਜਿਹੜੀ ਐਸਟੀਐਫ ਬਣੀ ਸੀਗੀ ਔਰ ਉਹ ਬੰਦ ਲਫਾਫਿਆਂ ਦੇ ਵਿੱਚ ਬੰਦ ਫਾਈਲਾਂ ਦੇ ਵਿੱਚ ਪਈ ਹੈ ਔਰ ਉਹਦੇ ਤੇ ਧੂੜ ਜੰਮ ਰਹੀ ਹੈ ਇਸੇ ਤਰ੍ਹਾਂ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੇ ਵੀ ਉਹਦੇ ਉੱਤੇ ਸਵਾਲ ਚੁੱਕੇ ਸੀਗੇ ਕਿ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਉਹਦੇ ਉੱਤੇ ਸੁਣਵਾਈ ਕਿਉਂ ਨਹੀਂ ਕੀਤੀ ਜਾਂਦੀ ਸੋ ਇੱਕ ਸਮਾਂ ਹੈ ਸਮਾਂ ਆਇਆ ਹੈ ਹੁਣ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਚਾਹੇ ਵਿਰੋਧੀ ਧਿਰਾਂ ਨੇ ਕੋਸ਼ਿਸ਼ ਕੀਤੀ ਹੈ ਚਾਹੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਹੈਗਾ ਯਤਨ ਕੀਤੇ ਨੇ ਤੇ ਉਹਦੇ ਕਰਕੇ ਅੱਜ ਜਿਹੜਾ ਹੈਗਾ ਸੁਣਵਾਈ ਹੋਣੀ ਆ ਹਾਈ ਕੋਰਟ ਦੇ ਵਿੱਚ ਔਰ ਜੇਕਰ ਇਹ ਸੁਣਵਾਈ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਜਿਹੜੇ ਨਵੇਂ ਲੋਕ ਨੇ ਜਾਂ ਨਵੇਂ ਵੱਡੇ ਮਗਰਮੱਛ ਨੇ ਜਿਨ੍ਹਾਂ ਬਾਰੇ ਹਮੇਸ਼ਾ ਹੀ ਚਰਚਾ ਹੁੰਦੀ ਰਹਿੰਦੀ ਹੈ ਕਿ ਉਹਨਾਂ ਦੇ ਨਾਮ ਵੀ ਜਿਹੜੇ ਨੇ ਸਾਹਮਣੇ ਆ ਸਕਦੇ ਨੇ ਸੋ ਇਹ ਸਮਾਂ ਦੱਸੇਗਾ ਕਿ ਕੱਲ ਅੱਜ ਜਿਹੜਾ ਹੈਗਾ ਇਹਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਪਰ ਇਹਦੇ ਉੱਤੇ ਸੁਣਵਾਈ ਹੋਣੀ ਇਹਦੇ ਬਾਰੇ ਗੱਲਬਾਤ ਹੋਣੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋਈ ਹੈ ਪੰਜਾਬ ਦੀ ਕਿਉਂਕਿ ਨਸ਼ਿਆਂ ਦਾ ਮੁੱਦਾ ਹਮੇਸ਼ਾ ਹੀ ਪੰਜਾਬ ਦੀਆਂ ਚੋਣਾਂ ਦੇ ਵਿੱਚ ਇੱਕ ਅਹਿਮ ਮੁੱਦਾ ਰਿਹਾ ਚਾਹੇ ਪਿਛਲੀਆਂ ਚੋਣਾਂ ਦੇਖ ਲਓ ਚਾਹੇ ਇਸ ਵਾਰੀ ਦੀਆਂ ਵੀ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਵੀ ਨਸ਼ਿਆਂ ਦਾ ਮੁੱਦਾ ਜਿਹੜਾ ਹੈਗਾ ਉਹ ਇੱਕ ਅਹਿਮ ਮੁੱਦਾ ਹੋਏਗਾ ਔਰ ਤੁਹਾਨੂੰ ਵੀ ਯਾਦ ਹੋਏਗਾ ਕਿ ਸ਼੍ਰੀ ਗੁਟਕਾ ਸਾਹਿਬ ਫੜ ਕੇ ਸੌਂਹ ਖਾਧੀ ਸੀ ਕੈਪਟਨ ਸਾਹਿਬ ਨੇ ਕਿ ਮੈਂ ਭਾਈ 4 ਹਫ਼ਤਿਆਂ ਦੇ ਵਿੱਚ ਉਹ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗਾ ਔਰ ਨਸ਼ਿਆਂ ਦਾ ਲੱਕ ਤੋੜਾਂਗਾ ਉਹ ਲੱਕ ਅੱਜ ਤੱਕ ਲੋਕਾਂ ਨੂੰ ਇਹ ਨਜ਼ਰ ਆ ਰਿਹਾ ਕਿ ਨਾ ਤਾਂ ਲੱਕ ਟੁੱਟਿਆ ਨਾ ਕੋਈ ਉਹਦੀ ਉਂਗਲ ਤੱਕ ਜਿਹੜੀ ਹੈਗੀ ਹੈ ਉਹਦੇ ਉੱਤੇ ਝਰੀਟ ਵੀ ਨਹੀਂ ਬੱਜੀ ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਉਹ ਸਾਰੇ ਜਿਹੜੇ ਲਾਰੇ ਲੱਪੇ ਨੇ ਕੈਪਟਨ ਸਾਹਿਬ ਦੇ ਉਹ ਅੱਜ ਜਿਹੜੇ ਨੇ ਤੁਹਾਨੂੰ ਅੱਜ ਦਿਖਾਈ ਦੇਣਗੇ ਔਰ ਅੱਜ ਕੋਸ਼ਿਸ਼ ਇਹੀ ਹੋਏਗੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏ ਔਰ ਜਿਹੜੇ ਵੱਡੇ ਮਗਰਮੱਛਾਂ ਦਾ ਹਮੇਸ਼ਾ ਜ਼ਿਕਰ ਆਉਂਦਾ ਪੰਜਾਬ ਦੇ ਵਿੱਚ ਚੱਲਦਾ ਰਹਿੰਦਾ ਉਹ ਸ਼ਾਇਦ ਅੱਜ ਸਾਹਮਣੇ ਆ ਸਕਦੇ ਨੇ ਜੀ ਸੁਖਵਿੰਦਰ ਜੀ ਕਿਵੇਂ ਦੇਖਦੇ ਹੋ ਕਿ ਜੇਕਰ ਕੁਝ ਨਾ ਕੁਝ ਇਹਦੇ ਵਿੱਚੋਂ ਨਿਕਲ ਕੇ ਆਉਂਦਾ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੇ ਲਈ ਕੁਝ ਨਾ ਕੁਝ ਜਿਹੜਾ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਜੇ ਉਹਦੇ ਵਿੱਚ ਕੁਝ ਨਹੀਂ ਆਉਂਦਾ ਤਾਂ ਕਿਤੇ ਨਾ ਕਿਤੇ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਇਲਜ਼ਾਮ ਲਗਾਉਣ ਵਾਲੇ ਲੀਡਰ ਸੀ ਉਹਨਾਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਪਹਿਲਾਂ ਵੀ ਜਿਹੜਾ ਜਿਹੜੇ ਕੇਜਰੀਵਾਲ ਉਹਨਾਂ ਨੂੰ ਵੀ ਮਾਫੀ ਮੰਗਣੀ ਪੈ ਗਈ ਸੀ ਜੀ ਜੀ ਦੇਖੋ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਕਿੱਦਾਂ ਦੀ ਰਿਪੋਰਟ ਸਾਹਮਣੇ ਆਏਗੀ ਕਿੱਦਾਂ ਦੇ ਤੱਥ ਉਹਨਾਂ ਨੇ ਲੈ ਕੇ ਆ ਕਿਉਂਕਿ ਜਦੋਂ ਐਸਟੀਐਫ ਕੋਈ ਵੀ ਜਦੋਂ ਕੋਈ ਸੰਸਥਾ ਜਾਂ ਕੋਈ ਕਮੇਟੀ ਕਿਸੇ ਚੀਜ਼ ਦੀ ਪੜਚੋਲ ਕਰਦੀ ਹੈ ਇਹ ਉਹਦੀ ਸੋਚ ਦੇ ਉੱਤੇ ਉਹਦੇ ਹਿੱਤਾਂ ਦੇ ਉੱਤੇ ਉਹਦੀ ਵਿਚਾਰਧਾਰਾ ਦੇ ਉੱਤੇ ਉਹ ਕਿੱਦਾਂ ਦਾ ਚਾਹੁੰਦੀ ਹੈ ਉਹਦੇ ਕਿੱਦਾਂ ਦਾ ਫੈਸਲਾ ਕਰਨਾ ਚਾਹੁੰਦੀ ਹੈ ਇਹ ਉਹਦੇ ਉੱਤੇ ਮੁਨਸਰ ਕਰਦਾ ਹੁੰਦਾ ਹੈ ਔਰ ਇਹਦੇ ਵਿੱਚ ਸਿੱਟ ਨੇ ਕਿੱਦਾਂ ਦੇ ਸਿੱਟੇ ਕੱਢੇ ਨੇ ਇਹ ਐਸਟੀਐਫ ਨੇ ਕਿੱਦਾਂ ਦੇ ਨਤੀਜੇ ਕੱਢੇ ਨੇ ਉਸ ਦੇ ਉੱਤੇ ਨਿਰਭਰ ਕਰੇਗਾ ਕਿ ਉਹਨਾਂ ਨੇ ਸੱਚੀ ਮੁੱਚੀ ਕੀ ਉਹਦੀ ਗਹਿਰਾਈ ਤੱਕ ਜਾ ਕੇ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕੀਤੀ ਹੈ ਜਾਂ ਸਿਰਫ ਉੱਪਰੋਂ ਉੱਪਰੋਂ ਜਿਹੜਾ ਹੈਗਾ ਜਿਵੇਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਕਿ ਉੱਪਰੋਂ ਦਿਖਾਉਂਦੀਆਂ ਕੁਝ ਹੋਰ ਨੇ ਕਰਦੀਆਂ ਕੁਝ ਹੋਰ ਨੇ ਜਾਂ ਉਦਾਂ ਦੀ ਕਾਰਵਾਈ ਸਿਰਫ ਕਾਰਵਾਈ ਦੇ ਤੌਰ ਤੇ ਤਾਂ ਨਹੀਂ ਸ਼ੁਰੂ ਕੀਤੀ ਹੋਈ ਸੋ ਇਹ ਗੱਲਾਂ ਜਿਹੜੀਆਂ ਨੇ ਅੱਜ ਸਾਹਮਣੇ ਆ ਜਾਣਗੀਆਂ ਕਿਉਂਕਿ ਅੱਜ ਜਿਹੜਾ ਯੁੱਗ ਹੈਗਾ ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬੇਸ਼ੱਕ ਜਿਹੜੇ ਇਹ ਲੋਕ ਨੇ ਸਰਕਾਰਾਂ ਤੋਂ ਇਧਰ ਉਧਰ ਰਹਿ ਸਕਦੇ ਨੇ ਪਰ ਪੰਜਾਬ ਦੇ ਲੋਕਾਂ ਤੋਂ ਜਾਂ ਆਮ ਲੋਕਾਂ ਤੋਂ ਇਹ ਇਧਰ ਉਧਰ ਨਹੀਂ ਰਹਿ ਸਕਦੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਹਮੇਸ਼ਾ ਹੀ ਇਹਨਾਂ ਦੇ ਬਾਰੇ ਜੋ ਆਪਾਂ ਨੂੰ ਵੀ ਪਤਾ ਹੈ ਕਿ ਜਿਸ ਕਿਸਮ ਦੀ ਛਵੀ ਇਹਨਾਂ ਦੇ ਮਨਾਂ ਦੇ ਵਿੱਚ ਬਣੀ ਹੁੰਦੀ ਹੈ ਉਹ ਅਸੀਂ ਸਾਰੇ ਜਾਣਦੇ ਹਾਂ
सो इस करके लोगों ने तो फैसला पहले ही किया हो पर आने वाले समय के अज पता लग जाएगा कि ये सची मुची की वो वे ना जो जिक्र कर रहे हो कि वह आएंगे जे तो वह बिल्कुल बहुत ही वधिया तरीके दे नाल उत्ते कार्रवाई की होगी पड़चोल की होगी तो लाजमी तौर पर आ सकते हैं पर जेकर कि ना कि आपां नूं पता है कि जे इहदे विच सियासत खेडी जाती है तो इहदे विच दूजे पासे भी गल जा सकती है सो दोनों दी संभावनावां बनियां होईयां ने इह उहनां दी नीत और नीति दे उत्ते एस टी दे जिहड़े अधिकारी ने जिन्हां ने काम किया है उहनां दी नीत किदां दी सी उहनां दी नीति किदां दी सीगी उहदे उत्ते निर्भर करेगा सुखिंदर जी बहुत बहुत शुक्रिया मेहरबानी धन्यवाद किसान डॉक्टर भीमेंद्र सिंह जी जिन्होंने वालों इन्होंने अहम खबरों के उपर सा गलबात की गई है विस्तारपूर्वक चर्चा की गई है उम्मीद करते हैं डॉक्टर साहब के विचार जो जरूर पसंद आए होंगे दोबारा फिर मिलेंगे इस प्रोग्राम के तब तक दी इजाजत धन्यवाद।